ਠੰਡ ਦਾ ਮੌਸਮ ਲਗਾਤਾਰ ਹੀ ਆਪਣਾ ਰੰਗ ਵਿਖਾਉਂਦਾ ਦਿਖਾਈ ਦੇ ਰਿਹਾ ਹੈ। ਠੰਡ ਵੱਧਦੀ ਦਿਖਾਈ ਦੇ ਰਹੀ ਹੈ ਅਤੇ ਨਾਲ ਹੀ ਕੋਹਰਾ ਅਤੇ ਧੁੰਦ ਵੀ ਛਾਂਦੀ ਦਿਖਾਈ ਦੇ ਰਹੀ ਹੈ। ਤਸਵੀਰਾਂ ਤੁਹਾਨੂੰ ਮੈਂ ਦਿਖਾਉਣੀਆਂ ਚਾਹੁੰਦਾ ਹਾਂ ਗੁਰਦਾਸਪੁਰ ਜ਼ਿਲ੍ਹੇ ਦੀਆਂ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਧੁੰਦ ਛਾਈ ਹੋਈ ਹੈ। ਜੀਰੋ ਵਿਜੀਬਿਲਟੀ ਦੀ ਗੱਲ ਕਰ ਲਈਏ ਤਾਂ ਜੀਰੋ ਵਿਜੀਬਿਲਟੀ ਜਿਹੜੀ ਆ ਉਹ ਇਸ ਵੇਲੇ ਸਾਹਮਣੇ ਆਉਂਦੀ ਦਿਖਾਈ ਦੇ ਰਹੀ ਹੈ। ਲਗਾਤਾਰ ਹੀ ਧੁੰਦ ਦੇ ਕਾਰਨ ਅਤੇ ਕੋਹਰੇ ਦੇ ਕਾਰਨ ਠੰਡ ਜੋ ਹੈ ਉਹ ਵੱਧਦੀ ਦਿਖਾਈ ਦੇ ਰਹੀ ਹੈ ਅਤੇ ਲੋਕ ਵੀ ਇਸ ਠੰਡ ਤੋਂ ਬਚਣ ਦੇ ਲਈ ਨਵੇਂ ਤਰੀਕੇ ਅਪਣਾਉਂਦੇ ਦਿਖਾਈ ਦੇ ਰਹੇ ਨੇ। ਲੋਕਾਂ ਨੇ ਗਰਮ ਕੱਪੜੇ ਕੱਢ ਲਏ ਹਨ, ਅੱਗ ਸੇਕਦੇ ਦਿਖਾਈ ਦੇ ਰਹੇ ਹਨ, ਜ਼ਿਆਦਾਤਰ ਘਰਾਂ ਦੇ ਅੰਦਰ ਹੀ ਬੈਠੇ ਦਿਖਾਈ ਦੇ ਰਹੇ ਹਨ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਧੁੰਦ ਛਾਈ ਹੋਈ ਹੈ। ਇਸ ਠੰਡ ਦੇ ਵੱਧਦੇ ਪ੍ਰਕੋਪ ਦੇ ਕਾਰਨ ਜਿੱਥੇ ਬੱਚਿਆਂ ਨੂੰ ਅਤੇ ਬਜ਼ੁਰਗਾਂ ਨੂੰ ਮੁਸ਼ਕਲਾਂ ਆਉਂਦੀਆਂ ਹਨ, ਉੱਥੇ ਨਾਲ ਹੀ ਜੇ ਗੱਲ ਕੀਤੀ ਜਾਵੇ ਤਾਂ ਫਸਲ ਦੀ ਕਣਕ ਦੀ ਫਸਲ ਦੀ ਬਿਜਾਈ ਹੋ ਚੁੱਕੀ ਹੈ। ਕਣਕ ਦੀ ਫਸਲ ਦੇ ਵਾਸਤੇ ਇਹ ਠੰਡ ਜਿਹੜੀ ਹੈ ਲਾਹੇਵੰਦ ਹੈ। ਕਿਤੇ ਨਾ ਕਿਤੇ ਤਸਵੀਰਾਂ ਤੁਹਾਨੂੰ ਦੂਸਰੀਆਂ ਦਿਖਾਉਣਾ ਚਾਹੁੰਦਾ ਕਿ ਲੋਕ ਜਿਸ ਤਰੀਕੇ ਨਾਲ ਇਸ ਠੰਡ ਤੋਂ ਬਚਣ ਦੇ ਤਰੀਕੇ ਅਪਣਾਉਂਦੇ ਦਿਖਾਈ ਦੇ ਰਹੇ ਹਨ। ਤੁਸੀਂ ਦੇਖ ਸਕਦੇ ਹੋ ਕਿ ਗਰਮ ਕੱਪੜੇ ਪਹਿਨ ਕੇ ਲੋਕ ਇਸ ਠੰਡ ਤੋਂ ਬਚਦੇ ਦਿਖਾਈ ਦੇ ਰਹੇ ਹਨ ਅਤੇ ਸੜਕ ਦੇ ਕਿਨਾਰੇ ਗਰਮ ਕੱਪੜੇ ਵੇਚਣ ਦੀ ਵੀ ਜਿਹੜੀ ਤਸਵੀਰਾਂ ਨੇ ਉਹ ਸਾਹਮਣੇ ਦਿਖਾਈ ਦੇ ਰਹੀਆਂ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਗਰਮ ਕੱਪੜਿਆਂ ਦੀ ਦੁਕਾਨਾਂ ਲੱਗੀਆਂ ਹੋਈਆਂ ਨੇ ਅਤੇ ਗਰਮ ਕੱਪੜੇ ਜਿਹੜੇ ਨੇ ਉਹ ਇਸ ਠੰਡ ਦੇ ਮੌਸਮ 'ਚ ਵਿਕਦੇ ਦਿਖਾਈ ਦੇ ਰਹੇ ਨੇ। ਲੋਕ ਕਿਤੇ ਨਾ ਕਿਤੇ ਅੱਗ ਬਾਲ ਕੇ ਠੰਡ ਤੋਂ ਬਚਦੇ ਵੀ ਦਿਖਾਈ ਦੇ ਰਹੇ ਨੇ, ਅੱਗ ਸੇਕਦੇ ਦਿਖਾਈ ਦੇ ਰਹੇ ਨੇ। ਕਿਤੇ ਨਾ ਕਿਤੇ ਠੰਡ ਜਿਹੜੀ ਹੈ ਉਸ ਦਾ ਵੱਧਦਾ ਹੋਇਆ ਪ੍ਰਕੋਪ ਜਿਹੜਾ ਉਹ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਲੋਕ ਇਸ ਠੰਡ ਤੋਂ ਬਚਣ ਦੇ ਲਈ ਜਿੱਥੇ ਗਰਮ ਕੱਪੜਿਆਂ ਦਾ ਆਸਰਾ ਲੈਂਦੇ ਦਿਖਾਈ ਦੇ ਰਹੇ ਨੇ, ਉੱਥੇ ਨਾਲ ਹੀ ਅੱਗ ਸੇਕਦੇ ਵੀ ਦਿਖਾਈ ਦੇ ਰਹੇ ਨੇ। ਲੋਕਾਂ ਨਾਲ ਹੀ ਚੱਲ ਕੇ ਗੱਲ ਕਰ ਲੈਂਦੇ ਹਾਂ ਕਿ ਕੀ ਕਹਿਣਾ ਚਾਹੁੰਦੇ ਨੇ ਇਸ ਠੰਡ ਦੇ ਮੌਸਮ ਨੂੰ ਲੈ ਕੇ। ਵੀਰ ਜੀ ਕੀ ਕਹਿਣਾ ਚਾਹੁੰਦੇ ਹੋ, ਠੰਡ ਲਗਾਤਾਰ ਵੱਧ ਰਹੀ ਹੈ, ਕਿਸ ਤਰੀਕੇ ਦੀ ਠੰਡ ਪੈ ਰਹੀ ਹੈ? ਹਾਂਜੀ, ਠੰਡ ਬਹੁਤ ਜ਼ਿਆਦਾ ਵੱਧ ਰਹੀ ਹੈ। ਬੱਚਿਆਂ ਨੂੰ ਬਹੁਤ ਜ਼ਿਆਦਾ ਠੰਡ ਲੱਗ ਰਹੀ, ਬੱਚੇ ਨੂੰ ਲੋਕ ਬਹੁਤ ਬੱਚਿਆਂ ਵਾਲੀ ਕੱਪੜੇ ਹੀ ਜ਼ਿਆਦਾ ਖਰੀਦ ਰਹੇ ਨੇ ਅਤੇ ਵੱਡਿਆਂ ਨੂੰ ਵੀ ਬਹੁਤ ਜ਼ਿਆਦਾ ਲੱਗ ਰਹੀ ਹੈ। ਜਦੋਂ ਫਿਰ ਅੱਗ ਕਿਤੇ ਠੰਡ ਤੋਂ ਕਿਵੇਂ ਬਚਾਅ ਹੋ ਰਿਹਾ? ਇਹ ਧੂੰਆਂ ਲਾ ਲਈਦਾ ਜੀ, ਇੱਥੇ ਧੂੰਆਂ ਕਰਕੇ ਥੋੜ੍ਹਾ ਬਹੁਤ ਬਚਾ ਕਰੀਦਾ ਆਪਣੇ ਆਪਣੇ ਸਰੀਰ ਨੂੰ ਗਰਮ ਕਰਨ ਵਾਲਾ। ਧੁੰਦ ਵੀ ਪੈ ਰਹੀ ਲਗਾਤਾਰ? ਧੁੰਦ ਬਹੁਤ ਪੈ ਰਹੀ, ਸਾਰੀ ਰਾਤ ਧੁੰਦ ਪਈ ਰਹੀ ਹੈ ਜੀ, ਬਹੁਤ ਜ਼ਿਆਦਾ ਧੁੰਦ, ਮੀਂਹ ਵਾਂਗੂ ਪੈ ਰਹੀ ਹੈ ਜਿਸ ਤਰ੍ਹਾਂ ਮੀਂਹ ਪੈਂਦਾ। ਤੁਸੀਂ ਕਹਿਣਾ ਚਾਹੁੰਦੇ ਹੋ ਠੰਡ ਤੋਂ ਕਿਵੇਂ ਬਚਾਅ ਹੋ ਰਿਹਾ? ਹਾਂਜੀ, ਠੰਡ ਬਹੁਤ ਜੀ, ਠੰਡ ਜ਼ਿਆਦੀ ਜੀ। ਕਿਵੇਂ ਫਿਰ ਬਚਾਅ ਕਰ ਰਹੇ ਹੋ? ਠੰਡ ਨੂੰ ਬਚਾਅ ਸੇਕ ਕਰ ਰਹੇ ਹਾਂ, ਅੱਗ ਬਾਲ ਕੇ, ਅੱਗ ਬਾਲ ਕੇ ਸੇਕ ਰਹੇ ਹਾਂ, ਤਾਂ ਬਚਾਅ ਸਾਡਾ ਹੋਣ ਡਿਆ ਥੋੜ੍ਹਾ ਬਹੁਤਾ। ਬੱਚਿਆਂ ਲਈ ਵੀ ਮੁਸ਼ਕਲ ਹੈ? ਹਾਂਜੀ, ਬੱਚਿਆਂ ਲਈ ਮੁਸ਼ਕਲ ਹੈ, ਬੱਚੇ ਵੀ ਲੱਗੇ ਬੈਠੇ ਮੇਰੇ ਜੀ। ਬਿਲਕੁਲ, ਕਿਤੇ ਨਾ ਕਿਤੇ ਠੰਡ ਦਾ ਪ੍ਰਕੋਪ ਜਿਹੜਾ ਹੈ ਲਗਾਤਾਰ ਵੱਧਦਾ ਦਿਖਾਈ ਦੇ ਰਿਹਾ ਅਤੇ ਨਾਲ ਹੀ ਇਸ ਠੰਡ ਤੋਂ ਬਚਣ ਦੇ ਲਈ ਲੋਕ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਵੀ ਦਿਖਾਈ ਦੇ ਰਹੇ ਹਨ। ਜਿੱਥੇ ਗਰਮ ਕੱਪੜਿਆਂ ਦਾ ਆਸਰਾ ਲਿਆ ਜਾ ਰਿਹਾ, ਉੱਥੇ ਅੱਗ ਬਾਲ ਕੇ ਅੱਗ ਸੇਕਦੇ ਵੀ ਦਿਖਾਈ ਦੇ ਰਹੇ ਹਨ। ਲਗਾਤਾਰ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲੱਗਦਾ ਹੈ ਕਿ ਇਹ ਠੰਡ ਆਪਣਾ ਹੋਰ ਜ਼ੋਰ ਫੜੇਗੀ, ਕਿਉਂਕਿ ਜੇ ਗੱਲ ਕੀਤੀ ਜਾਵੇ ਪਹਾੜੀ ਇਲਾਕਿਆਂ ਦੀ ਤਾਂ ਉੱਥੇ ਲਗਾਤਾਰ ਹੀ ਬਰਫ਼ ਪੈਂਦੀ ਦਿਖਾਈ ਦੇ ਰਹੀ ਹੈ, ਜਿਸ ਦੇ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਆਪਣਾ ਪ੍ਰਕੋਪ ਜਿਹੜਾ ਹੈ ਉਹ ਵਧਾਉਂਦੀ ਦਿਖਾਈ ਦੇ ਰਹੀ ਹੈ। ਕੈਮਰਾ ਪਰਸਨ ਨਿਸ਼ਾਂਤ ਗੋਇਲ ਦੇ ਨਾਲ ਭੋਪਾਲ ਸਿੰਘ, ਲਿਵਿੰਗ ਇੰਡੀਆ ਨਿਊਜ਼, ਗੁਰਦਾਸਪੁਰ।